ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ, ਲਗਾਤਾਰ ਦੇਸ਼ ਦੇ ਵਿੱਚ ਪਰਾਲੀ ਨੂੰ ਲੈ ਕੇ ਇੱਕ ਵੱਡਾ ਸੰਕਟ ਮੰਨਿਆ ਜਾ ਰਿਹਾ ਕਿ ਦੇਸ਼ ਭਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਖੋ ਵੱਖ ਸਰਕਾਰਾਂ ਦਾ, ਚਾਹੇ ਹਰਿਆਣਾ ਦੀ ਗੱਲ ਕੀਤੀ ਜਾਵੇ, ਚਾਹੇ ਪੰਜਾਬ ਦੀ ਗੱਲ ਕੀਤੀ ਜਾਵੇ, ਚਾਹੇ ਦਿੱਲੀ ਸਰਕਾਰ ਦੀ ਗੱਲ ਕੀਤੀ ਜਾਵੇ, ਹਾਲਾਂਕਿ ਦਿੱਲੀ ਸਰਕਾਰ ਹਰ ਵਾਰ ਜਦੋਂ 15 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਸਭ ਤੋਂ ਵੱਧ ਜਿਹੜਾ ਹੈਗਾ ਪਰਾਲੀ ਨੂੰ ਲੈ ਕੇ ਦਿੱਲੀ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਜਿਹੜੀ ਹੈ ਇਹ ਦੋਸ਼ ਲਗਾਏ ਜਾਂਦੇ ਨੇ ਕਿ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਨੇ, ਜਿਹਦੀ ਵਜ੍ਹਾ ਦੇ ਨਾਲ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੁੰਦਾ ਹੈ। ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਪ੍ਰਦੂਸ਼ਣ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ, ਪਰ ਅਸਲ ਮਾਇਨਿਆਂ ਦੇ ਵਿੱਚ ਸਰਕਾਰ ਦੇ ਇਹ ਵੀ ਦਾਅਵੇ ਰਹਿੰਦੇ ਨੇ ਕਿ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਦੇ ਲਈ ਵੱਖ ਵੱਖ ਤਰ੍ਹਾਂ ਦੇ ਮੁਆਵਜ਼ੇ, ਸਬਸਿਡੀ ਅਤੇ ਮਸ਼ੀਨ ਵੀ ਜਿਹੜੀ ਹੈਗੀ ਹੈ ਪਰਾਲੀ ਦੇ ਨਿਪਟਾਰੇ ਲਈ ਮੁਹੱਈਆ ਕਰਵਾਈ ਜਾਂਦੀ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨਾ ਤਾਂ ਮੁਆਵਜ਼ਾ ਦਿੰਦੀ ਹੈ, ਨਾ ਤਾਂ ਕੋਈ ਮਸ਼ੀਨ ਦਿੰਦੀ ਹੈ, ਜਿਸਦੀ ਵਜ੍ਹਾ ਦੇ ਕਾਰਨ ਉਹ ਪਰਾਲੀ ਸਾੜਨ ਦੇ ਲਈ ਮਜਬੂਰ ਨੇ। ਵੱਖ ਵੱਖ ਤਰ੍ਹਾਂ ਦੇ ਕਿਸਾਨਾਂ ਦੇ ਵੀ ਆਪਣੇ ਜਿਹੜੇ ਹੈਗੇ ਸਮੱਸਿਆਵਾਂ ਨੇ, ਅਤੇ ਹਾਲਾਂਕਿ ਸਰਕਾਰਾਂ ਦਾ ਇਹ ਵੀ ਦਾਅਵਾ ਹੈ ਕਿ ਜੇਕਰ ਕਿਸਾਨ ਪਰਾਲੀ ਨੂੰ ਖੇਤਾਂ ਦੇ ਵਿੱਚ ਹੀ ਨਿਪਟਾ ਦੇਣਗੇ ਤਾਂ ਉਸ ਦੇ ਨਾਲ ਕਿਤੇ ਨਾ ਕਿਤੇ ਪ੍ਰਦੂਸ਼ਣ ਅਤੇ ਨਾਲ ਦੀ ਨਾਲ ਜਿਹੜੀ ਖੇਤ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਵੀ ਬਰਕਰਾਰ ਰਹਿੰਦੀ ਹੈ। ਇਸ ਨੂੰ ਲੈ ਕੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਉਤਰੇ ਹਾਂ ਅਤੇ ਜਾਣਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਸਰਕਾਰਾਂ ਦੇ ਦਾਅਵੇ ਹੈਗੇ ਨੇ ਕਿ ਪਰਾਲੀ ਦਾ ਨਿਪਟਾਰੇ ਦੇ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ, ਉਸ ਦੇ ਬਾਵਜੂਦ ਕਿਸਾਨ ਪਰਾਲੀ ਕਿਉਂ ਸਾੜਦੇ ਨੇ ਇਹ ਵੀ ਪੁੱਛਾਂਗੇ, ਅਤੇ ਨਾਲ ਦੀ ਨਾਲ ਇਹ ਵੀ ਜਾਣਾਂਗੇ ਕਿ ਜੋ ਪ੍ਰਦੂਸ਼ਣ ਲਗਾਤਾਰ ਵੱਧਦਾ ਜਾਂਦਾ ਹੈ ਉਸ ਦੇ ਪਿੱਛੇ ਕੀ ਇਕੱਲੀ ਪਰਾਲੀ ਜ਼ਿੰਮੇਵਾਰ ਹੈ। ਕੁਝ ਲੋਕ ਸਾਡੇ ਨਾਲ ਮੌਜੂਦ ਨੇ, ਇਹਨਾਂ ਤੋਂ ਜਾਣਦੇ ਹਾਂ ਕਿ ਹਾਲਾਂਕਿ ਇਹਨਾਂ ਦੇ ਵੀ ਕਿਤੇ ਨਾ ਕਿਤੇ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਪੰਜਾਬ ਦੇ ਪਿਛੋਕੜ ਦੇ ਨਾਲ ਜੁੜੇ ਹੋਏ ਨੇ, ਖੇਤਾਂ ਦੇ ਨਾਲ ਜੁੜੇ ਹੋਏ ਨੇ, ਇਹਨਾਂ ਤੋਂ ਜਾਣਦੇ ਹਾਂ, ਕਾਫੀ ਲੰਬਾ ਤਜਰਬਾ ਵੀ ਹੈਗਾ ਖੇਤਾਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ ਤੁਹਾਡਾ? ਬਾਈ ਜੀ ਤਰਨਜੀਤ ਸਿੰਘ ਬਾਵਾ। ਅੱਛਾ ਤਰਨ ਜੀ, ਦੀ ਜਿਵੇਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਹਰ ਸਾਲ ਪਰਾਲੀ ਦਾ ਮੁੱਦਾ ਜਿਹੜਾ ਇੱਕ ਗੰਭੀਰ ਮੁੱਦਾ ਬਣਦਾ ਹੈ, ਨਿਪਟਾਰੇ ਦੇ ਲਈ ਸਰਕਾਰ ਦਾਅਵੇ ਕਰਦੀ ਹੈ ਕਿ ਕਿਸਾਨਾਂ ਦੀ ਬਾਂਹ ਫੜੀ ਜਾਵੇਗੀ, ਕਿਸਾਨਾਂ ਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਤੁਹਾਨੂੰ ਲੱਗਦਾ ਕਿ ਕਿਸਾਨ ਜਿਵੇਂ ਪਰਾਲੀ ਸਾੜਦੇ ਨੇ, ਜੇਕਰ ਉਹਨਾਂ ਨੂੰ ਮੁਆਵਜ਼ਾ ਮਿਲਦਾ ਹੁੰਦਾ ਜਾਂ ਮੁਆਵਜ਼ਾ ਸਰਕਾਰ ਦਿੰਦੀ ਹੈ, ਉਸ ਦੇ ਬਾਵਜੂਦ ਵੀ ਪਰਾਲੀ ਸਾੜ ਰਹੇ ਨੇ, ਕਾਰਨ ਕੀ ਮੰਨਦੇ ਹੋ? ਬਾਜੀ, ਇਸ ਤਰ੍ਹਾਂ ਹੈ, ਜੇ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਦੇਵੇ ਸਰਕਾਰ, ਤਾਂ ਕਿਸਾਨ ਵੀ ਅਵੇਅਰ ਹੈ ਜੀ, ਉਹ ਨਹੀਂ ਸਾੜਨੀ ਚਾਹੁੰਦਾ ਪਰਾਲੀ। ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਸਿਰਫ ਕਿਸਾਨ ਹੀ ਪੋਲੂਸ਼ਨ ਜਿਹੜਾ ਹੋ ਰਿਹਾ ਆਪਣੇ ਪੰਜਾਬ 'ਚ, ਇੰਡੀਆ 'ਚ, ਕਿਸਾਨ ਹੀ ਜ਼ਿੰਮੇਵਾਰ ਨਹੀਂ ਹੈ। ਇਹ ਤੋਂ ਬਿਨਾਂ ਜਿੰਨੀਆਂ ਵੀ ਤੁਸੀਂ ਮੋਟਰ ਗੱਡੀਆਂ, ਪੱਠੇ ਚੱਲਦੇ ਨੇ, ਕ੍ਰਸ਼ਰ ਚੱਲਦੇ ਨੇ, ਉਹਨਾਂ ਨਾਲ ਕੀ ਘੱਟ ਪੋਲੂਸ਼ਨ ਹੁੰਦਾ ਹੈ? ਪਰਾਲੀ ਦਾ ਤਾਂ ਸੀਜ਼ਨ ਹੀ 15 ਤੋਂ 20 ਦਿਨਾਂ ਦਾ ਹੁੰਦਾ ਹੈ, ਠੀਕ ਹੈ ਜੀ। ਕਿਸਾਨ ਨਹੀਂ ਚਾਹੁੰਦਾ, ਜੇ ਕਿਸਾਨ ਨੂੰ ਦੀ ਪਰਾਲੀ ਦਾ ਕੋਈ ਸਰਕਾਰ ਅਰੇਂਜ ਕਰੇ ਚੱਕਣ ਦਾ, ਤਾਂ ਕਿਸਾਨ ਨੂੰ ਕੋਈ ਚਾਅ ਨਹੀਂ ਹੈ ਕਿ ਉਹ ਅੱਗ ਲਾਵੇ, ਠੀਕ ਹੈ ਜੀ। ਸਰਕਾਰ ਨੂੰ ਚਾਹੀਦਾ ਕਿ ਕਿਸਾਨ ਨੂੰ ਥੋੜ੍ਹਾ ਬਹੁਤਾ ਮੁਆਵਜ਼ਾ ਦਿੱਤਾ ਜਾਵੇ, ਜਿਹਦੇ ਨਾਲ ਉਹ ਪਰਾਲੀ ਨੂੰ ਜਾਂ ਤਾਂ ਜ਼ਮੀਨ ਦੇ ਵਿੱਚ ਡਿੱਗ ਕਰੇ ਜੀ, ਜਾਂ ਉਹਨੂੰ ਪਰਾਲੀ ਨੂੰ ਕਿਤੇ ਕਿਤੇ ਪਾਸੇ ਲਿਜਾ ਕੇ ਰੱਖਿਆ ਜਾਵੇ ਜੀ। ਅਤੇ ਕਿਸਾਨ ਨੂੰ ਕੋਈ ਸ਼ੌਂਕ ਨਹੀਂ ਹੈ, ਕੋਈ ਚਾਅ ਨਹੀਂ ਹੈਗਾ ਕਿ ਉਹ ਪੋਲੂਸ਼ਨ ਦੇ ਵਾਧੇ 'ਚ ਆਪਣਾ ਯੋਗਦਾਨ ਪਾਵੇ। ਉਹ ਚਾਹੁੰਦਾ ਕਿ ਪੋਲੂਸ਼ਨ ਨਾ ਹੋਵੇ। ਪੰਜਾਬ ਦੇ ਵੀ ਤਾਂ ਲੋਕ ਐਸੇ ਪੋਲੂਸ਼ਨ 'ਚ ਰਹਿੰਦੇ ਨੇ ਜੀ, ਇਹ ਤਾਂ ਹੈ ਨਹੀਂ ਕਿ ਦਿੱਲੀ ਹੀ ਲੋਕ ਰਹਿੰਦੇ ਨੇ, ਇਹੀ ਕਿਸਾਨ ਇੱਥੇ ਵੀ ਰਹਿੰਦੇ ਨੇ ਜੀ, ਜਿਹੜੇ ਅੱਗ ਲਾਉਂਦੇ ਨੇ ਮਜਬੂਰੀ ਬਸ। ਸਰਕਾਰ ਇਹਨਾਂ ਦਾ ਹੱਥ ਫੜੇ, ਕੋਈ ਕਿਸਾਨ ਨਹੀਂ ਚਾਹੂਗਾ ਕਿ ਮੈਂ ਪਰਾਲੀ ਨੂੰ ਅੱਗ ਲਾਵਾਂ। ਅੱਛਾ, ਕੀ ਮੰਨਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਪਰਾਲੀ ਦੇ ਨਿਪਟਾਰੇ ਲਈ ਕਦਮ ਚੁੱਕੇ, ਕਿਸਾਨਾਂ ਦੀ ਬਾਂਹ ਫੜੇ, ਕਿਸ ਤਰੀਕੇ? ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨੂੰ ਥੋੜ੍ਹਾ ਬਹੁਤਾ ਮੁਆਵਜ਼ਾ ਦਿੱਤਾ ਵਾ, ਜਾਂ ਤਾਂ ਉਹਨੂੰ ਡਿੱਗ ਕਰਕੇ ਵਿੱਚ ਹੀ ਜ਼ਮੀਨ ਰਲਾਉਣ ਲਈ ਸਾਨੂੰ ਕੋਈ ਇਹੋ ਜਿਹਾ ਮਸ਼ੀਨਰੀ ਮੁਹੱਈਆ ਕਰਾਈ ਜਾਵੇ, ਜਿੱਦਾਂ ਕਿ ਸਾਨੂੰ ਆਹ ਹੁਣ ਰੋਟਾਵੇਟਰ ਮਿਲਦੇ ਨੇ ਸੁਸਾਇਟੀਆਂ ਵੱਲੋਂ, ਕੋਈ ਇੱਦਾਂ ਦੀ ਮਸ਼ੀਨ ਮੁਹੱਈਆ ਕਰਾਈ ਜਾਵੇ ਕਿ ਕਿਸਾਨ ਦੀ ਪਰਾਲੀ ਨੂੰ ਜ਼ਮੀਨ ਦੇ ਵਿੱਚ ਹੀ ਗੜਾ ਦਿੱਤੇ ਜਾਵੇ, ਜਿਹਦੇ ਨਾਲ ਕਿ ਕਿਸਾਨ ਖੁਸ਼ ਹੋਊਗਾ, ਉਹਦੀ ਉਪਜ ਵੀ ਜ਼ਿਆਦਾ ਵਧੂਗੀ, ਜਾਂ ਉਹਨੂੰ ਕੁਝ ਇੱਦਾਂ ਦਾ ਮੁਆਵਜ਼ਾ ਦਿੱਤਾ ਜਾਵੇ ਕਿ ਉਹ ਆਪਣੀ ਪਰਾਲੀ ਨੂੰ ਚੱਕ ਕੇ ਕਿਸੇ ਥਾਂ 'ਤੇ ਸਟੋਰ ਕਰ ਸਕੇ, ਜਿਹੜਾ ਕਿ ਪੇਪਰ ਮਿੱਲ 'ਚ, ਪੇਪਰ ਫੈਕਟਰੀਆਂ 'ਚ ਇਹਦੀ ਬੜੀ ਯੋਗਦਾਨ ਹੈ ਜੀ, ਜੇ ਪਰਾਲੀ ਸਹੀ ਸਮੇਂ ਸਿਰ ਕਿਸਾਨ ਦੀ ਉੱਥੇ ਪਹੁੰਚ ਜਾਵੇ। ਸਰਕਾਰ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਦੋ ਤਿੰਨ ਚੀਜ਼ਾਂ ਵੱਲ ਧਿਆਨ ਦੇ ਕੇ ਕਿਸਾਨ ਦਾ ਹੱਥ ਫੜਿਆ ਜਾਵੇ ਅਤੇ ਉਹਨੂੰ ਮਜ਼ਬੂਤ ਕੀਤਾ ਜਾਵੇ, ਪੰਜਾਬ ਨੂੰ ਪੋਲੂਸ਼ਨ ਰਹਿਤ ਕੀਤਾ ਜਾਵੇ। ਮੈਂ ਦਿੱਲੀ ਦੇ ਨਾਲ ਨਾਲ ਪੰਜਾਬ ਨੂੰ ਵੀ ਪੋਲੂਸ਼ਨ ਰਹਿਤ ਕਰਾਉਣਾ ਚਾਹੁੰਦਾ ਜੀ। ਇਹ ਨਹੀਂ ਕਿ ਆਪਾਂ ਦਿੱਲੀ ਦੇ ਠੇਕਾ ਲਿਆ ਹੋਇਆ ਜੀ, ਦਿੱਲੀ ਤੋਂ ਪਹਿਲਾਂ ਪੰਜਾਬ ਦੇ ਲੋਕ ਵੀ ਪੰਜਾਬ 'ਚ ਰਹਿੰਦੇ ਨੇ ਜੀ, ਅਸੀਂ ਵੀ ਪੰਜਾਬ 'ਚ ਹੀ ਰਹਿੰਦੇ ਹਾਂ, ਸਾਨੂੰ ਵੀ ਉਹੀ ਪੋਲੂਸ਼ਨ ਹੈ ਜੀ, ਜਿਹੜਾ ਸਾਡਾ ਦਿੱਲੀ ਪਹੁੰਚਣਾ, ਦਿੱਲੀ ਦੇ 10% ਪਹੁੰਚੂਗਾ ਜੀ, ਸਾਡੇ ਕੋਲ 100% ਪੋਲੂਸ਼ਨ ਸਾਡੇ ਕੋਲ ਰਹਿ ਜਾਂਦਾ। ਸੋ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ 'ਤੇ ਉਸ ਚੀਜ਼ ਦਾ ਪ੍ਰਭਾਵ ਪਵੇ ਜੀ, ਅਸੀਂ ਵੀ ਚਾਹੁੰਦੇ ਹਾਂ ਕਿ ਚੀਜ਼ਾਂ ਦੂਰ ਹੋਣ, ਪਰ ਸਾਨੂੰ ਸਰਕਾਰ ਨੂੰ ਸਾਡੀ ਬਾਂਹ ਫੜਨੀ ਚਾਹੀਦੀ ਹੈ। ਮੈਂ ਆਪਣੇ 40 ਕਿੱਲੇ ਪੈਲੀ 'ਚ ਜੀਰੀ ਲਾਉਣਾ ਜੀ, ਅਸੀਂ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਕੁਛ ਕਰਕੇ ਕੁਛ ਦੱਬਦੇ ਹਾਂ, ਕੁਛ ਸਾਈਡ ਕਰਦੇ ਹਾਂ, ਮਾੜੀ ਮੋਟੀ ਨੂੰ ਅੱਗ ਵੀ ਲਾਉਂਦੇ ਹਾਂ।
ਜਦੋਂ ਨਹੀਂ ਚੱਕੀ ਜਾਂਦੀ ਸਾਨੂੰ ਖਰਚਾ ਹੀ ਇੰਨਾ ਪੈ ਜਾਂਦਾ ਕਿ ਜੀਰੀ ਦੀ ਜਿਹੜੀ ਆਮਦਨ ਹੁੰਦੀ ਹੈ ਉਹੀ ਢੋਟ ਹੋਈ ਸਾਨੂੰ ਮਾਰ ਪਾ ਜਾਂਦੀ ਹੈ। ਤੁਹਾਨੂੰ ਮੁਆਵਜ਼ਾ ਦਿੰਦੀ ਸਰਕਾਰ? ਕੋਈ ਮੁਆਵਜ਼ਾ ਨਹੀਂ ਸਾਨੂੰ ਮਿਲਦਾ। ਅਸੀਂ ਹਰ ਵਾਰੀ ਇਹ ਡੀਸੀ ਸਾਹਿਬ ਨੂੰ, ਐਸਡੀਐਮ ਸਾਹਿਬ ਨੂੰ, ਤਹਿਸੀਲਦਾਰ ਸਾਹਿਬ ਨੂੰ ਬੜੀ ਵਾਰੀ ਮੈਮੋਰੈਂਡਮ ਦਿੱਤੇ ਨੇ ਜੀ, ਕਿਸੇ ਨੇ ਸਾਡੀ ਬਾਂਹ ਨਹੀਂ ਫੜੀ ਅੱਜ ਤੱਕ। ਕੀ ਕਹਿੰਦੇ ਨੇ? ਇਹ ਕਹਿੰਦੇ ਨੇ ਕੋਈ ਨਹੀਂ ਜੀ, ਕਰਦੇ ਹਾਂ, ਇਹਨਾਂ ਦੇ ਹੱਥ ਵਾਸ ਕੁਛ ਨਹੀਂ ਹੈ ਜੀ ਵਿਚਾਰੇ, ਇਹ ਤਾਂ ਸਾਡੇ ਥੱਲੇ ਵਾਲੇ ਅਫਸਰ ਨੇ ਜੀ, ਇਹ ਤਾਂ ਉੱਪਰੋਂ ਸਰਕਾਰਾਂ ਨੂੰ ਕੋਈ ਉੱਤੋਂ ਮਤੇ ਪਾਸ ਕਰਨੇ ਪੈਣਗੇ, ਕੋਈ ਨੋਟੀਫਿਕੇਸ਼ਨ ਜਾਰੀ ਹੋਊਗੀ। ਮੋਦੀ ਸਾਹਿਬ ਨੂੰ ਦੇਖਣਾ ਪਊਗਾ ਵੀ ਜੇ ਪੰਜਾਬ ਤੋਂ ਇਹਨਾਂ ਨੂੰ ਪੋਲਿਊਸ਼ਨ ਆ ਰਿਹਾ ਤਾਂ ਪੰਜਾਬ ਨੂੰ ਕੀ ਪੈਕੇਜ ਦੇਣਾ ਇਹਨਾਂ ਨੇ। ਪੰਜਾਬ ਨੂੰ ਇੱਕ ਵੱਖਰਾ ਪੈਕੇਜ ਮਿਲਣਾ ਚਾਹੀਦਾ ਪਰਾਲੀ ਨੂੰ ਨਾ ਫੂਕਣ ਲਈ। ਪਰਾਲੀ ਨੂੰ ਜੇ ਆਪਾਂ ਖੇਤ ਦੇ ਵਿੱਚ ਡਿੱਗ ਕਰਕੇ ਘੁਮਾਉਂਦੇ ਹਾਂ ਤਾਂ ਸਾਡੀ ਹੋਰ ਵੀ ਫਸਲ ਜਿਹੜੀ ਹੈ ਉਹਦੇ ਝਾੜ 'ਚ ਵਾਧਾ ਹੋਊਗਾ। ਸੋ ਮੈਂ ਇਹੀ ਬੇਨਤੀ ਕਰਦਾ ਸਰਕਾਰਾਂ ਨੂੰ ਜੀ, ਵਿੱਚ ਹੀ ਆਪਣੀ ਮੋਦੀ ਸਰਕਾਰ ਨੂੰ ਜੀ ਅਤੇ ਪੰਜਾਬ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦਾ ਹੱਥ ਫੜਿਆ ਜਾਵੇ, ਇਹਨਾਂ ਵੱਲ ਧਿਆਨ ਦਿੱਤਾ ਜਾਵੇ, ਇਹਨਾਂ ਦੇ ਬੱਚਿਆਂ ਨੂੰ ਪੋਲਿਊਸ਼ਨ ਰਹਿਤ ਕੀਤਾ ਜਾਵੇ। ਇਹ ਤਾਂ ਦਿੱਲੀ ਨੂੰ ਰੋਣਾ ਰੋ ਰਹੇ ਨੇ, ਮੈਂ ਸੋਚ ਰਿਹਾ ਕਿ ਸਾਡੇ ਆਪਣੇ ਬੱਚਿਆਂ ਨੂੰ ਪੋਲਿਊਸ਼ਨ ਰਹਿਤ ਕਰਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਤੇਜਾ ਸਿੰਘ ਜੀ। ਅੱਛਾ ਤੇਜਾ ਜੀ, ਜਿਵੇਂ ਵੱਖ ਵੱਖ ਤਰ੍ਹਾਂ ਦੇ ਸਮੇਂ ਜਿਹੜਾ ਪਰਾਲੀ ਨੂੰ ਲੈ ਕੇ ਸਵਾਲ ਉੱਠਦੇ ਰਹੇ ਨੇ, ਸਭ ਤੋਂ ਪਹਿਲਾਂ ਤੁਹਾਡੇ ਤੌਰ 'ਤੇ ਇਹ ਜਾਣਨਾ ਚਾਹਾਂਗੇ ਕਿ ਪਰਾਲੀ ਦੇ ਨਿਪਟਾਰੇ ਲਈ ਸਰਕਾਰ ਨੂੰ ਕਦਮ ਕੀ ਚੁੱਕਣੇ ਚਾਹੀਦੇ ਨੇ? ਕਦਮ ਤਾਂ ਇਹੀ ਚੁੱਕਣਾ ਚਾਹੀਦਾ ਜੀ ਜੋ ਭਾਅ ਜੀ ਨੇ ਕਿਹਾ, ਠੀਕ ਹੈ ਜੀ, ਮੈਂ ਵੀ ਇਹੀ ਕਹੂੰਗਾ। ਠੀਕ ਹੈ ਨਾ ਜੀ, ਵੀ ਜ਼ਿਮੀਂਦਾਰਾਂ ਨੂੰ ਮਸ਼ੀਨੀ ਦਿੱਤੀ ਜਾਵੇ, ਠੀਕ ਹੈ ਜੀ, ਉਹ ਆਪਣਾ ਵਿੱਚੇ ਵਾਹਣ ਪਰਾਲੀ ਨੂੰ, ਹਾਂ ਵਿੱਚੇ ਵਾਹਣ ਪਰਾਲੀ ਨੂੰ, ਠੀਕ ਹੈ ਜੀ। ਅੱਛਾ, ਜਿਵੇਂ ਵੱਖ ਵੱਖ ਸਮੇਂ ਦੇ ਉੱਤੇ ਪ੍ਰਦੂਸ਼ਣ ਹੁੰਦਾ, ਤੁਹਾਡੇ ਮੁਤਾਬਿਕ ਕੀ ਇਕੱਲਾ ਪਰਾਲੀ ਦੀ ਜਿਹੜੀ ਇੱਕ ਪਰਾਲੀ ਕਾਰਨ ਹੈਗਾ ਪ੍ਰਦੂਸ਼ਣ ਦਾ, ਕੀ ਸਭ ਤੋਂ ਵੱਧ ਪ੍ਰਦੂਸ਼ਣ ਪਰਾਲੀ ਦੇ ਕਾਰਨ ਹੀ ਹੁੰਦਾ? ਨਹੀਂ ਜੀ ਨਹੀਂ, ਪ੍ਰਦੂਸ਼ਣ ਤਾਂ ਹੋਰ ਵੀ ਬਹੁਤ ਹੈ, ਭੱਠਿਆਂ ਦਾ ਇਹ, ਗੱਡੀਆਂ ਦਾ ਇਹ, ਪ੍ਰਦੂਸ਼ਣ ਤਾਂ ਇਕੱਲਾ ਉਹਦਾ ਥੋੜ੍ਹਾ ਜੀ, ਪ੍ਰਦੂਸ਼ਣ ਤਾਂ ਬਹੁਤ ਖਾਸੀਦਾ ਜੀ, ਠੀਕ ਹੈ ਜੀ। ਪ੍ਰਦੂਸ਼ਣ ਤਾਂ ਹੁਣ ਦੇਖੋ ਕਿੰਨੀਆਂ ਫੈਕਟਰੀਆਂ ਚੱਲਦੀਆਂ, ਕਿੰਨਾ ਉਹ ਚੱਲਦਾ ਜੀ, ਠੀਕ ਹੈ ਜੀ, ਉਸ ਕਰਕੇ ਤਾਂ ਇਕੱਲਾ ਤਾਂ ਉਹਦਾ ਤਾਂ ਹੈ ਨਹੀਂ ਪਰਾਲੀ ਦਾ, ਪਰਾਲੀ ਦਾ ਇੱਕ ਹਫ਼ਤਾ 15 ਦਿਨ ਪਰਾਲੀ ਚੱਲਣੀ ਹੈ ਜੀ, ਠੀਕ ਹੈ ਜੀ, ਉਹ ਤੋਂ ਇਲਾਵਾ ਤਾਂ ਕੁਛ ਨਹੀਂ ਹੈ ਜੀ। ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਕੁਲਜੀਤ ਸਿੰਘ ਜੀ। ਅੱਛਾ ਕੁਲਜੀਤ ਜੀ, ਲਗਾਤਾਰ ਸਵਾਲ ਉੱਠ ਰਹੇ ਨੇ ਕਿ ਜੋ ਪਰਾਲੀ ਹੈ, ਹਾਲਾਂਕਿ ਸਰਕਾਰ ਦੇ ਦਾਅਵੇ ਨੇ ਕਿ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਮੁਆਵਜ਼ੇ ਦਿੱਤੇ ਜਾ ਰਹੇ ਨੇ, ਸਬਸਿਡੀ ਦਿੱਤੀ ਜਾ ਰਹੀ ਹੈ, ਕਾਰਨ ਕੀ ਮੰਨਦੇ ਹੋ? ਜੇ ਦਿੱਤੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਕਿਉਂ ਦੇਖਣ ਦੇ ਵਿੱਚ ਆ ਰਹੀਆਂ, ਲਗਾਤਾਰ ਵੱਧ ਵੀ ਰਹੀਆਂ ਨੇ ਘਟਨਾਵਾਂ? ਜੀ ਬਿਲਕੁਲ ਵੱਧ ਰਹੀਆਂ ਜੀ, ਅਤੇ ਜਿਹੜਾ ਤੁਸੀਂ ਸਵਾਲ ਕੀਤਾ ਸਰ, ਬਈ ਸਰਕਾਰ ਵੱਲੋਂ ਮੁਆਵਜ਼ੇ ਦਿੱਤੇ ਜਾਂਦੇ ਆ, ਠੀਕ ਆ ਜੀ, ਅਗਰ ਮੁਆਵਜ਼ੇ ਦਿੱਤੇ ਜਾਂਦੇ ਜ਼ਿਮੀਂਦਾਰਾਂ ਕੋਲ ਤਾਂ ਪਹੁੰਚਦੇ ਨੇ ਜੀ, ਉਹ ਹੁਣ ਪਤਾ ਨਹੀਂ ਕਿੱਥੇ ਰਹਿ ਜਾਣੇ, ਰਸਤੇ ਵਿੱਚ ਰਹਿ ਜਾਣੇ ਆ ਜੀ, ਠੀਕ ਹੈ ਨਾ, ਬਈ ਜੇ ਅਗਰ ਸਰਕਾਰ ਮੁਆਵਜ਼ੇ ਦਿੰਦੇ ਆ ਤਾਂ ਜ਼ਿਮੀਂਦਾਰ ਕੋਲ ਪਹੁੰਚਣਾ ਬਹੁਤ ਜ਼ਰੂਰੀ ਆ ਜੀ, ਉਹ ਮੁਆਵਜ਼ੇ ਜਿਹੜੇ ਆਉਂਦੇ ਆ ਤਾਂ ਕਿ ਉਹ ਆਪਣਾ ਉਹਦੇ ਨਾਲ ਖਰਚਾ ਆਪਣਾ ਕਰ ਲੈਣ। ਇਹਨਾਂ ਨੂੰ ਇੱਕ ਹੋਰ ਪੋਲਿਸੀ ਵੀ ਬਣਾਉਣੀ ਚਾਹੀਦੀ ਆ ਵੀ ਜ਼ਿਮੀਂਦਾਰ ਨੂੰ ਪਰ ਏਕੜ ਦੇ ਹਿਸਾਬ ਨਾਲ, ਜਿੰਨੀ ਇਹਨਾਂ ਦੀ ਹੈਗੀ ਆ ਕੈਲਕੂਲੇਸ਼ਨ ਕਰ ਲੈਣ ਆਪਣੀ, ਵੀ ਪਰ ਏਕੜ ਦੇ ਹਿਸਾਬ ਨਾਲ ਪਰਾਲੀ ਚੱਕਣ ਦਾ ਖਰਚਾ ਇਹਨਾਂ ਨੂੰ ਨਾਲ ਹੀ ਨਾਲ ਸਰਕਾਰ ਮੁਹੱਈਆ ਕਰਾਵੇ। ਅੱਛਾ, ਤੁਹਾਡੇ ਮੁਤਾਬਿਕ ਸਰਕਾਰ ਜਿਸ ਤਰ੍ਹਾਂ ਦੇ ਦਾਅਵੇ ਕਰਦੀ ਹੈ ਉਸ ਤਰ੍ਹਾਂ ਦੇ ਅਸਲ ਪੱਧਰ ਦੇ ਉੱਤੇ ਕਿਸਾਨਾਂ ਦੀ ਬਾਂਹ ਫੜੀ ਜਾਂਦੀ ਹੈ? ਨਹੀਂ, ਬਿਲਕੁਲ ਨਹੀਂ ਫੜੀ ਜਾਂਦੀ ਜੀ, ਇਹ ਉੱਪਰੋਂ ਹੀ ਜੇ ਕੋਈ ਪੋਲਿਸੀ ਬਣਦੀ ਆ ਉਹ ਥੱਲੇ ਤੱਕ ਉਹਨੂੰ ਇੰਪਲੀਮੈਂਟ ਨਹੀਂ ਹੁੰਦੀ ਜੀ। ਅੱਛਾ, ਤੁਹਾਡੇ ਮੁਤਾਬਿਕ ਜਿਸ ਤਰ੍ਹਾਂ ਦੀਆਂ ਸਰਕਾਰਾਂ ਦੇ ਵੱਲੋਂ ਪਾਲਿਸੀਆਂ ਬਣਾਈਆਂ ਜਾਂਦੀਆਂ ਹੈ, ਦਾਅਵੇ ਕੀਤੇ ਜਾਂਦੇ ਉਹ ਅਸਲ ਪੱਧਰ ਦੇ ਉੱਤੇ ਕਿਸਾਨਾਂ ਤੱਕ ਨਹੀਂ ਪਹੁੰਚਦੇ? ਨਹੀਂ ਪਹੁੰਚਦੇ ਜੀ, ਬਿਲਕੁਲ ਨਹੀਂ ਪਹੁੰਚਦੇ ਜੀ। ਕਈ ਕਿਸਾਨਾਂ ਨੂੰ ਤਾਂ ਵਿਚਾਰਾਂ ਨੂੰ ਪਤਾ ਨਹੀਂ ਲੱਗਦਾ ਹੈ ਵੀ ਕੋਈ ਸਕੀਮ ਆਉਂਦੀ ਹੈ, ਇਹ ਤਾਂ ਚਲੋ ਪਰਾਲੀ ਦੇ ਮੁੱਦੇ ਆ, ਹੋਰ ਕਈ ਸਕੀਮਾਂ ਜਿਹੜੀਆਂ ਆਉਂਦੀਆਂ ਕਿਸਾਨਾਂ ਵਾਸਤੇ ਕਿਸਾਨਾਂ ਨੂੰ ਪਤਾ ਨਹੀਂ ਹੁੰਦੀਆਂ ਜੀ, ਜਾਂ ਉਹ ਅਫਸਰਸ਼ਾਹੀ ਦੇ ਚੱਕਰਾਂ ਵਿੱਚ ਰੁਲ ਕੇ ਰਹਿ ਜਾਂਦੀ ਆ ਜੀ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਲਗਾਤਾਰ ਹਰ ਪੱਧਰ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਦਾਅਵੇ ਹੁੰਦੇ ਨੇ ਅਸਲ ਪੱਧਰ ਦੇ ਉੱਤੇ ਉਹ ਦਾਅਵੇ ਜਿਹੜੇ ਕਿਸਾਨਾਂ ਤੱਕ ਨਹੀਂ ਪਹੁੰਚਦੇ। ਹਾਲਾਂਕਿ ਪਰਾਲੀ ਦੇ ਮੁੱਦੇ ਦੇ ਉੱਤੇ ਕਿਹਾ ਕਿ ਇਕੱਲੀ ਪਰਾਲੀ ਹੀ ਪੂਰੇ ਸੂਬੇ ਦੇ ਵਿੱਚ ਜਾਂ ਫਿਰ ਮੁਲਕ ਦੇ ਵਿੱਚ ਪ੍ਰਦੂਸ਼ਣ ਦਾ ਕਾਰਨ ਨਹੀਂ ਹੈਗੀ, ਫੈਕਟਰੀਆਂ ਨੇ, ਮੋਟਰ ਗੱਡੀਆਂ ਨੇ, ਇਹਨਾਂ ਦੇ ਵਿੱਚੋਂ ਵੀ ਧੂੰਆਂ ਨਿਕਲਦਾ, ਲੋਕਾਂ ਦੇ ਇਲਜ਼ਾਮ ਨੇ ਕਿ ਇਹ ਵੀ ਇੱਕ ਵੱਡਾ ਕਾਰਨ ਹੈ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਲਗਾਤਾਰ ਪਰਾਲੀ ਦੇ ਮੁੱਦੇ ਨੂੰ ਲੈ ਕੇ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਸੁਰਜੀਤ ਸਿੰਘ। ਅੱਛਾ ਸੁਰਜੀਤ ਜੀ, ਜਿਵੇਂ ਪਹਿਲਾਂ ਵੀ ਗੱਲਬਾਤ ਕੀਤੀ ਹੈ ਅਤੇ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਕਿਸਾਨੀ ਦੇ ਨਾਲ ਜੁੜੇ ਹੋਏ ਹੈਗੇ ਆ, ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿ ਪ੍ਰਦੂਸ਼ਣ ਦੀ ਵਜ੍ਹਾ ਜਾਂ ਫਿਰ ਸਰਕਾਰ ਦੇ ਜਿਸ ਤਰੀਕੇ ਦੇ ਨਾਲ ਦਾਅਵੇ ਨੇ ਕਿ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਦੀ ਬਾਂਹ ਫੜੀ ਜਾਂਦੀ ਹੈ, ਮੁਆਵਜ਼ਾ ਦਿੱਤਾ ਜਾਂਦਾ ਹੈ, ਤੁਹਾਨੂੰ ਲੱਗਦਾ ਕਿ ਮੁਆਵਜ਼ਾ ਦਿੱਤਾ ਜਾਂਦਾ ਕਿਸਾਨਾਂ ਨੂੰ? ਨਹੀਂ ਜੀ, ਇਹ ਸਰਕਾਰ ਦੀਆਂ ਗੱਲਾਂ ਹਨ ਪਰ ਕੋਈ ਮੁਆਵਜ਼ਾ ਨਹੀਂ ਮਿਲਦਾ।
खाली जिमीदार नूं रोकिया जांदा वी हाँ पराली नहीं फूको पराली नहीं फूको, फिर मुआवजा नहीं मिलता, फिर खेतों की रिंद खुंद कित्थे जाऊगी, ना गौरमेंट सामभदी ना कोई सामभदा। जिमीदार ने दूई फसल बीजनी उह टाइम सिर बीजी नहीं जाती, नहीं बीजांगे झाड़ नहीं मिलता, पराली विच बहुने तो दूई फसल कणक गिर जाती है, उहदा पूरा झाड़ नहीं मिलता। गौरमेंटां नूं सांभणा चाहीदा, गौरमेंट कुछ नहीं करती है। अच्छा तुसीं झोना लगाया? हाँ जी। फिर वाढ़ी कर दी है झोने की? करनी है जी। अच्छा के उस तो सरकार तो किस तरीके दे नाल मुआवजा मिले जां फिर किस तरीके दे नाल पराली नूं सांभोगे तुसीं? असीं तां जी भाइयां ते बिठाऊंगे वै, थोड़ी है पराली, ज़्यादा असीं ठेके पर दे। अच्छा फिर सांभदे किस तरीके दे नाल हैगे? उहनूं भाइयां ते बिठाउंदे जी। अच्छा जिस तरीके दे नाल सरकार दे दावे हैगे ने कि पराली दे निपटारे किए जाते हैं, तो लगता कि जे पराली दे लई निपटारा सरकार दे वल्लों करवाया जाता है, कोई मुआवजा दिता जाता है, उस तो बाद भी किसान पराली फूक दे? नहीं फूकता जी, कोई जिमीदार खुश नहीं है पराली फूकन लई, पर मुआवजा नहीं मिलता। इन्नी पराली नहीं सांभी जाती, पराली खेतों बहुत हो जाती है, इन्ना कचरा चकना बहुत औखा, चकना ही औखा, होर सांभना तो दूर की गल रही, स्टोर भी नहीं कर सकते। अच्छा अमनदीप जेकर गल करिए इस बार तुसीं झोना लगाया? बिल्कुल जी। पराली का की निपटारा है फिर इस बार करोगे? पराली का सर भी सरकार जे सानू कोई सरकार को प्रबंध नहीं है पराली का जी। क्यों? सरकार कोई मशीन है उदा ही थोपते साढ़े उपर से लिया के पैराशूटर भी आह कर लो जी, कोई हल है नहीं सरकार दे कोल इस चीज़ का। अच्छा तुहाडे मुताबिक कि सरकार दे जिहड़े दावे हैगे ने जिस तरह जिस तरीके दे नाल तुहानूं कह रही है कि पराली का निपटारा करना चाहिए, सरकार दे कोल अपने प्रबंध जिहड़े पुख्ता है नहीं, तुहाडे कहने का मुताबिक? सरकार कोई प्रबंध नहीं है जी, सरकार तो इधर उधर फड़ के कोई चीज़ लिया के थोप दिंदी जिमीदार दे भी आह कर लो तुसीं आह कर लो, ट्रायल कर रही जिमीदार दे उत्ते। अच्छा फिर तुसीं पराली नूं किस तरह इस बार खेतों दे विच निपटाओगे जां फिर जलाओगे? असी तो जी पराली नूं असीं तां चाहुंदे नहीं वी पराली वी असीं अग लाईए, जे साडे कोल कोई वधिया मशीनरी कोई इदां दी होवे, देखो पटावां हल कहिंदे आ जी, पटावां हल नाल तुसीं मारो इक एकड़ दे विच तां वी डेढ़ दो ढाई घंटे लग जांदे जी, जिमीदार कोल कित्थे टाइम है जी, पहलां जिमीदार उदां ही मतलब कि जिमीदार दी आर्थिकता जमां ही थल्ले है जी, उहदे कोल सोर्स नहीं हैगे पैसे दे जी, ते उहदे लई वी देखो दूजा नंबर टाइम नहीं हैगा जी, तीजा नंबर डीजल महंगा जी, ठीक नहीं की कर लूगा जी, पटावां हल मार के किवें कर दूंगा जी, तो हल जी जिन्हें 50-60 एकड़ जमीन मतलब कि कणक बीजनी है उहदे कोल चार बंदे कित्थे हल कर लेंगे, उह तो रिसर्च कर लवे सरकार फिर असीं उहदे नाल तुर पूंगे जी। बहुत बहुत धन्यवाद साडे नाल गलबात करने जी, सत श्री अकाल जी। सत श्री अकाल जी। की नाम है तुहाडा? मोहन सिंह जी। अच्छा मोहन सिंह जी, पराली नूं लै के लगातार सवाल उठ रहे ने, किसान भी चक रहे ने, ते सरकार दा कहना है कि पराली नूं साड़िया ना जाए जालिया ना जाए, इहनूं खेतां दे विच जिहड़ा है उहदा निपटारा किया जाए, इस तो बाद बावजूद भी लगातार पराली साड़न के मामले बढ़ रहे हैं, कारण की मानते हो? इन्हों का मसला हल नहीं हो रहा जी, जिमीदारों प्रोपर कोई मशीनरी नहीं मिलती, उन्होंने या तो उन्होंने 5,000 रुपया खर्चा दवा, 1,000 रुपया आप सोच लीए भी उन्होंने खाद वगैरह या खेत के मिल गई वो जो बिचे बहोंगे, ठीक है भी उन्होंने 5,000 रुपया गोरमेंट खर्चा दवा स्पैसल है, कोई अग नहीं लगेगा। एक जिहड़ियां मशीनरियां महंगीयां पैंदियां अगले नूं किन्ने किन्ने वारी कमाउणा, तेल अर समें दी बहुत बर्बादी, इन्ना टाइम सरकार कहिंदी है मुआवजा दित्ता जाएगा जेकर सरकार आउणगे तां, ते नाल दी नाल जिहड़ी मशीनरी भी दित्ती जाएगी, तुहानूं मिली कोई मशीनरी जां मुआवजा? नहीं सानूं तां नहीं मिली है कोई। फिर हल किवें होवेगा? हल तां इसे तरह होऊगा जी, हल होर कोई हल नहीं हैगा पराली दा, ठीक है जी। बहुत बहुत धन्यवाद साडे नाल गलबात करने दे लई। सो लगातार लोगों के नाल गलबात की है, कितना ना कितना इन्हां दा कहना है कि जेकर सरकार सही तरीके दे नाल मुआवजा देवे किसानां दी बांह फड़े, तो कितना ना कितने पराली दे निपटारे संबंधी जो समस्या बनती जा रही है उसका हल किया जा सकता है। सो इत्थे रुकदे हां एक छोटे जिहे ब्रेक दे लई, मिलदे हां ब्रेक तो बाद। ब्रेक तो बाद दर्शकों का बहुत बहुत स्वागत है पंजाब बोलदा दे विच, ते लगातार गलबात कर रहे हैं कि आखिर जदों झोने की समस्या खड़ी हुंदी है तो सरकार के दावे हुंदे ने कि झोने के निपटारे दे लई उसकी पराली के निपटारे दे लई वक्खो वक्ख यतन किए जा रहे हैं, पर इन्हां यतनां दे बावजूद लगातार किसानों के वलों सवाल चुके जा रहे हैं कि सरकार दे वलों झोने की पराली के निपटारे लई किसी भी तरीके दे नाल बांह नहीं फड़ी जाती। सरकार के दावे हुंदे ने कि मुआवजा दिता जाता है, मुआवजे के नाल दी नाल जिहड़े खेती संद हैगे ने मशीनी हैगे मशीनरीकरण हैगा है वह भी किसानों को प्रोवाइड किया जाता, पर सवाल यह हैगा कि जेकर प्रोवाइड किया जाता तो उस तो बाद किसान पराली नूं क्यों साड़ रहे ने जां फिर किसान पराली साड़न दे लई मजबूर क्यों ने। सवाल यह भी हैगा कि लगातार पराली साड़न की वजह के करके
ਦੂਜੀਆਂ ਜਿਹੜੀਆਂ ਸਟੇਟਸ ਹੈਗੀਆਂ ਨੇ, ਦੂਜੇ ਸੂਬੇ ਹੈਗੇ ਨੇ, ਉਹਨਾਂ ਦੇ ਇਤਰਾਜ਼ ਹੈਗੇ ਨੇ ਕਿ ਪਰਾਲੀ ਦੀ ਜਿਹੜੀ ਜਿਹੜਾ ਪ੍ਰਦੂਸ਼ਣ ਹੈਗਾ ਉਹਦੀ ਵਜ੍ਹਾ ਦੇ ਨਾਲ ਦੂਜੇ ਸੂਬਿਆਂ ਦੇ ਵਿੱਚ ਪ੍ਰਦੂਸ਼ਣ ਹੁੰਦਾ ਹੈ। ਕੁਝ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ, ਕਿਸਾਨ ਹੈਗੇ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਜੇਕਰ ਪਰਾਲੀ ਸਾੜੀ ਜਾਂਦੀ ਤਾਂ ਪ੍ਰਦੂਸ਼ਣ ਕਿਸ ਤਰੀਕੇ ਦੇ ਨਾਲ ਵੱਧ ਰਿਹਾ ਅਤੇ ਸਰਕਾਰ ਦੇ ਇਸ ਬਾਰੇ ਕੀ ਪ੍ਰਤੀਕਰਮ ਹੈਗੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਅਮਰਿੰਦਰ ਸਿੰਘ ਹੈ ਜੀ। ਅੱਛਾ ਅਮਰਿੰਦਰ, ਜਦੋਂ ਹੁਣ ਝੋਨੇ ਦੀ ਵਾਢੀ ਹੋ ਰਹੀ ਹੈ, ਪਰਾਲੀ ਇੱਕ ਵੱਡੀ ਜਿਹੜੀ ਸਮੱਸਿਆ ਬਣਦੀ ਜਾ ਰਹੀ ਹੈ, ਕਾਫੀ ਸਾਲਾਂ ਤੋਂ ਸਰਕਾਰ ਦੇ ਦਾਅਵੇ ਨੇ ਕਿ ਇਸ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਨਿਪਟਾਰੇ ਤੋਂ ਬਾਅਦ ਗੱਲ ਆਉਂਦੀ ਹੈ ਪਰਾਲੀ ਸਾੜਨ ਦੀ, ਅੱਜ ਵੀ ਕਿਸਾਨ ਪਰਾਲੀ ਕਿਉਂ ਸਾੜ ਰਹੇ ਨੇ? ਸਰ ਮਜਬੂਰੀ ਬਣ ਗਈ ਹੈ ਕਿਉਂਕਿ ਖਰਚਾ ਵੱਧ ਜਾਂਦਾ ਹੈ, ਵਾਰ ਵਾਰ ਖੇਤਾਂ ਨੂੰ ਵਾਹੁਣਾ ਪੈਂਦਾ ਹੈ ਅਤੇ ਕਿਸਾਨੀ 'ਤੇ ਪਹਿਲਾਂ ਹੀ ਇੰਨੇ ਜ਼ਿਆਦਾ ਖਰਚ ਹੋ ਰਿਹਾ ਜੀ, ਵੀ ਮਤਲਬ ਉਹਨੂੰ ਜਿੰਨਾ ਮਤਲਬ ਜ਼ਿਆਦਾ ਵਾਹੂੰਗੇ ਜੀ ਤਾਂ ਉਹਦੇ ਨਾਲ ਖਰਚਾ ਵੱਧਦਾ ਹੈ, ਤਾਂ ਸਰਕਾਰ ਵੱਲੋਂ ਕੋਈ ਵਾਹ ਨਹੀਂ ਫੜੀ ਜਾ ਰਹੀ ਅਤੇ ਉਹਦੇ ਕਰਕੇ ਜੀ ਹੈ ਫਿਰ ਉਹਨੂੰ ਮਤਲਬ ਅੱਗ ਲਾਉਣਾ ਹੀ ਇਹਦਾ ਹੱਲ ਹੈ ਜੀ, ਕਿਉਂਕਿ ਖਰਚਾ ਤਾਂ ਪੂਰਾ ਨਹੀਂ ਹੋ ਰਿਹਾ ਨਾ ਜੀ, ਉਹਦੇ ਕਰਕੇ ਅੱਗ ਲਾਉਣੀ ਪੈਂਦੀ ਹੈ। ਤੁਸੀਂ ਲਾਇਆ ਝੋਨਾ? ਝੋਨਾ ਲਾਇਆ ਜੀ। ਫਿਰ ਪਰਾਲੀ ਦੀ ਕੀ ਸਮੱਸਿਆ, ਕਿਸ ਤਰੀਕੇ ਦੇ ਨਾਲ ਨਿਪਟਾਓਗੇ ਪਰਾਲੀ ਨੂੰ? ਸਰ ਹੱਲ ਤਾਂ ਕੋਈ ਹੈ ਨਹੀਂ, ਮਤਲਬ ਬੜੇ ਟਰੈਕਟਰ ਲੈ ਲਏ ਜੀ, ਉਹ ਵੀ ਮਤਲਬ ਪਰਾਲੀ ਨੂੰ ਵਿੱਚ ਖੇਤ ਦੇ ਖਾਲੀ ਨਹੀਂ ਉਹ ਨਹੀਂ ਕਰਦੇ ਹੈਗੇ, ਅਤੇ ਜੇ ਅਸੀਂ ਜੀਰੋ ਡਿਲ ਨਾਲ ਬੀਜਦੇ ਹਾਂ ਜੀ, ਉਸ ਨਾਲ ਕਿਆ ਹੁੰਦਾ ਹੈ ਮਤਲਬ ਉਹਦੇ 'ਚ ਨਮੀ ਨਹੀਂ ਖਤਮ ਹੁੰਦੀ, ਥੱਲੇ ਜਿਹੜਾ ਚੂਹਾ ਹੈ ਉਹ ਚੂਹਾ ਪਰਾਲੀ ਦੇ ਵਿੱਚ ਲੁਕ ਜਾਂਦਾ ਹੈ। ਜਦੋਂ ਤੁਸੀਂ ਪਰਾਲੀ ਵੱਢਦੇ ਹੋ ਫਿਰ ਅਗਲੀ ਫਸਲ ਬੀਜਣੀ ਹੁੰਦੀ ਹੈ, ਫਿਰ ਪਰਾਲੀ ਨੂੰ ਖੇਤ ਦੇ ਵਿੱਚ ਉਛਾ ਦਿੰਦੇ ਹੋ। ਅੱਛਾ, ਤੁਹਾਡੇ ਕਹਿਣ ਦੇ ਮੁਤਾਬਕ ਕਿ ਚੂਹੇ ਆ ਜਾਂਦੇ ਨੇ ਜਾਂ ਫਿਰ ਪਰਾਲੀ ਗਲਦੀ ਨਹੀਂ ਹੈਗੀ? ਪਰਾਲੀ ਗਲਦੀ ਨਹੀਂ ਹੈ ਜੀ, ਨਵੀਂ ਖੇਤ 'ਚੋਂ ਜਾਂਦੀ ਨਹੀਂ, ਅਤੇ ਪਿਛਲੇ ਸਾਲ ਕਿਆ ਹੋਇਆ ਜੀ ਮਤਲਬ ਸੂੰਕ ਲੱਗ ਗਈ ਜੀ, ਉਹਦੇ ਨਾਲ ਕਿਆ ਵੀ ਕਣਕ ਦੀ ਫਸਲ ਖਰਾਬ ਹੋਈ ਹੈ ਅਤੇ ਵਿੱਚ ਸੁੰਡੀ ਪੈ ਗਈ ਜੀ, ਜਿਹਦੇ ਕਰਕੇ ਕਿਆ ਦੁਬਾਰੇ ਵਾਹੁਣੀ ਪਈ। ਅਸੀਂ ਤਾਂ ਕੋਸ਼ਿਸ਼ ਕਰੀ ਤੀ ਵੀ ਅਸੀਂ 2 ਕਿੱਲੇ ਦੇਖੇ ਜੀ ਵੀ ਮਤਲਬ ਨਾ ਲਾਈ ਜਾਵੇ ਅੱਗ, ਪਰ ਹੱਲ ਕੋਈ ਨਹੀਂ ਜੀ ਹੈ ਇਹਦੇ ਨਾਲ, ਅਤੇ ਕਿੰਨਾ ਕੁ ਉਹਦੇ 'ਤੇ ਖਰਚਾ ਕਰੂੰਗੇ, ਵਾਰ ਵਾਰ ਵਾਹੁਣ ਨਾਲ ਫਿਰ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ ਜੀ, ਅਤੇ ਉਹਦਾ ਹੱਲ ਕੋਈ ਨਹੀਂ ਹੋ ਰਿਹਾ। ਬੜੇ ਟਰੈਕਟਰ ਲੈ ਲਏ, ਉਹਦੇ 'ਤੇ ਕੋਈ ਕੰਪਨੀ ਵੱਲੋਂ ਸਰਕਾਰ ਵੱਲੋਂ ਕੋਈ ਸਬਸਿਡੀ ਨਹੀਂ, ਟਰੈਕਟਰ ਵੀ ਮਹਿੰਗੇ ਹੁੰਦੇ ਜਾਂਦੇ ਤਾਂ ਬਹੁਤ ਔਖਾ ਹੋ ਰਿਹਾ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਜਸਕਰਨ ਜੀ। ਅੱਛਾ ਜਸਕਰਨ, ਕਿਸਾਨੀ ਕਰਦੇ ਹੈਗੇ ਆ? ਹਾਂਜੀ। ਕਿਸ ਤਰੀਕੇ ਦੇ ਨਾਲ ਪਰਾਲੀ ਦੇ ਨਾਲ ਜਿਹੜਾ ਨਿਪਟਾਰਾ ਕਰਦੇ ਹੋ, ਪਰਾਲੀ ਨੂੰ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਉਹਦਾ ਨਿਪਟਾਰਾ ਕਰਦੇ ਹੋ ਜਾਂ ਫਿਰ ਸਾੜਦੇ ਹੋ? ਸਰ ਸਾੜਦੇ ਹੈਗੇ ਆ ਪਰ ਮਜਬੂਰੀ 'ਚ, ਕਿਉਂਕਿ ਹੁਣ ਐਡੇ ਐਡੇ ਸਾਧਨ ਲੈਣੇ ਹਰੇਕ ਦੇ ਬੱਸ ਦੀ ਗੱਲ ਹੈ ਨਹੀਂ ਗੀ, 10-10 ਲੱਖ ਦੇ ਟਰੈਕਟਰ ਨੇ ਅਤੇ ਕੰਮ ਵੱਡੇ ਨੇ, ਉਹ ਫਿਰ ਹੁਣ ਸਾੜਦੇ ਆ ਪਰ ਬਹੁਤ ਮੁਸ਼ਕਲ ਆ, ਸਾੜਦੇ ਜ਼ਰੂਰ ਆ, ਆਪਾਂ ਝੂਠ ਨਹੀਂ ਬੋਲਦੇ ਵੀ ਨਹੀਂ ਸਾੜਦੇ, ਪਰ ਇਹਦਾ ਹੱਲ ਗੌਰਮੈਂਟ ਨੂੰ ਕਰਨਾ ਚਾਹੀਦਾ। ਹੁਣ ਮੰਨ ਲਓ ਆਪਣੀ 1830 ਰੁਪਇਆ ਝੋਨੇ ਦਾ ਰੇਟ, ਉਹ 50-60 ਰੁਪਏ ਪਾ ਸਕਦੇ ਆ ਕੁਇੰਟਲ ਮਗਰ ਜਿਹੜਾ ਉਹਨਾਂ ਦੇ ਹੱਥ 'ਚ ਆ, ਪਰ ਉਹ ਪਾਉਂਦੇ ਨਹੀਂ। ਜੇ ਆਪਾਂ ਨੂੰ 15,000-2500 ਮੰਨ ਲਓ 1500-2500 ਕਿੱਲੇ ਦਾ ਮਿਲਦਾ ਤਾਂ ਅਸੀਂ ਕਿਉਂ ਸਾੜੀਏ? ਪਰ ਸਰਕਾਰ ਤਾਂ ਕਹਿੰਦੀ ਹੈ ਕਿ ਮੁਆਵਜ਼ਾ ਦਿੱਤਾ ਜਾਂਦਾ ਹੈ, ਜਿਹੜੇ ਸਬਸਿਡੀ ਦੇ ਉੱਤੇ ਮਸ਼ੀਨਰੀ ਜਿਹੜੀ ਹੈ ਉਹ ਕਿਸਾਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ, ਤੁਹਾਨੂੰ ਕੀਤੀ ਜਾ ਰਹੀ ਹੈ, ਕੋਈ ਮੁਆਵਜ਼ਾ ਮਿਲਿਆ? ਸਰ ਤੁਸੀਂ ਨਾ ਯੂਨੀਵਰਸਿਟੀ ਦਾ ਪੇਜ ਦੇਖਿਓ, ਖੋਲ੍ਹ ਕੇ ਉਹਦੇ 'ਤੇ ਇੱਕ ਕਿਸਾਨ ਰੌਲਾ ਪਾ ਰਹੇ ਸੀ ਉੱਥੇ PAU 'ਚ ਲੁਧਿਆਣੇ, ਉਹ ਕਹਿੰਦੇ ਵੀ ਜਿਹੜਾ ਯੂਨੀਵਰਸਿਟੀ ਮਤਲਬ ਰੈਕਮੈਂਡ ਕਰਦੀ ਆ ਸੰਦ, ਉਹ 1,40,000 ਦਾ, ਬਾਹਰੋਂ ਉਹੀ ਸੰਦ 80,000 ਦਾ ਮਿਲਦਾ, ਉਹ ਜਿਹੜੀ ਸਬਸਿਡੀ ਆ ਉਹ ਤਾਂ ਉੱਥੇ ਹੀ ਪੂਰੀ ਹੋ ਜਾਂਦੀ ਆ। ਅੱਛਾ, ਤੁਹਾਡੇ ਮੁਤਾਬਿਕ ਕੀ ਇਸ ਮਾਮਲੇ ਦੇ ਵਿੱਚ ਵੀ ਕਪੜਾ ਕੀਤਾ ਜਾ ਰਿਹਾ? ਸਭ ਕੁਛ ਹੁੰਦਾ ਜੀ ਕਪੜੇ, ਤੁਹਾਨੂੰ ਪਤਾ ਹੀ ਹੈ ਜੀ। ਅੱਛਾ, ਫਿਰ ਹੱਲ ਕੀ ਹੈਗਾ ਜੇਕਰ ਅਸੀਂ ਹੱਲ ਦੀ ਗੱਲ ਕਰੀਏ? ਸਰਕਾਰ ਦੇ ਦਾਅਵੇ ਆਉਂਦੇ ਨੇ ਕਿ ਮਸ਼ੀਨਰੀ ਹੈਗੀ ਹੈ, ਮੁਆਵਜ਼ਾ ਹੈਗਾ, ਨਾ ਸਾੜੋ ਅਤੇ ਨਿਪਟਾਰਾ ਕਰੋ। ਕਿਸਾਨ ਕਹਿੰਦੇ ਨੇ ਕਿ ਸਾੜਾਂਗੇ, ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਇਹਨਾਂ ਦਰਮਿਆਨ ਪਰ ਹੱਲ ਕੀ ਹੈ ਇਸ ਮੁੱਦੇ ਦਾ ਤੁਹਾਡੇ ਮੁਤਾਬਿਕ? ਸਰ ਹੁਣ ਉਹਦੇ 40 ਬੰਦੇ ਖੜੇ ਨੇ, ਕਿਸੇ ਨੂੰ ਪੁੱਛ ਲਓ ਜੀ ਅੱਜ ਤੱਕ ਮੁਆਵਜ਼ਾ ਆਇਆ ਜਾਂ ਕੋਈ ਕਹਿ ਦੇ ਵੀ ਆਇਆ, ਕਿਸੇ ਨੂੰ ਕੁਛ ਨਹੀਂ ਆਉਂਦਾ, ਇਹ ਤਾਂ ਬਸ ਗੱਲਾਂ ਹੀ ਨੇ TV ਦੀਆਂ, ਉਹ ਡਿਬੇਟ ਕਰੀ ਜਾਂਦੇ ਨੇ, ਹੋਈ ਜਾਂਦਾ ਕੋਈ ਹੱਲ ਬਹੁਤ ਔਖਾ ਜੀ, ਆਮ ਬੰਦੇ ਨੂੰ ਜਾਣੀ ਬਹੁਤ ਔਖਾ। ਤੁਸੀਂ ਕੀ ਕਰੋਗੇ ਇਸ ਵਾਰ ਪਰਾਲੀ ਦਾ? ਪਰਾਲੀ ਜਿਹੜੀ ਤਾਂ ਟਾਈਮ ਨਾਲ ਵੱਢੀ ਗਈ ਉਹ ਤਾਂ 1-2 ਵਾਰ ਵਾਹ ਕੇ ਰੋਣੀ ਕਰ ਦੇਵਾਂਗੇ, ਜਿਹੜੀ ਹੁਣ ਲੇਟ ਆ ਉਹਦਾ ਬਹੁਤ ਔਖਾ ਜੀ, ਉਹਦੇ ਵਿੱਚ ਫਿਰ ਖੜੀ ਦੀ ਜਾਂ ਰੋਣੀ ਕਰਦਿਆਂ ਜਾਣੀ ਬਹੁਤ ਦਿੱਕਤ ਆ ਰਹੀ ਆ ਕਿਸਾਨ ਨੂੰ, ਇੱਕ ਬਸ ਹੁਣ ਦੱਸੇ ਨਹੀਂ ਸਕਦਾ ਉਹ ਕਰੇਗੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਅਮਰੀਕ ਸਿੰਘ ਹੈ। ਅੱਛਾ ਅਮਰੀਕ ਜੀ, ਪਹਿਲਾ ਸਵਾਲ ਹੈਗਾ ਕਿ ਤੁਸੀਂ ਝੋਨਾ ਲਗਾਇਆ ਸੀ ਇਸ ਵਾਰ? ਹਾਂਜੀ ਲਗਾਇਆ। ਪਰਾਲੀ ਦਾ ਫਿਰ ਕੀ ਨਿਪਟਾਰਾ ਕਰਨਾ ਹੈਗਾ ਇਸ ਵਾਰ? ਪਰਾਲੀ ਦਾ ਹੁਣ ਕਿਆ ਕਰਾਂ ਜੀ, ਹੁਣ ਸਰਕਾਰ ਕੋਈ ਸੁਣਦੀ ਹੋ ਨਹੀਂ ਹੈ ਜੀ। ਹਾਂਜੀ, ਹੁਣ ਮਸ਼ੀਨ 'ਤੇ ਵਢਾਈ ਦੀ ਜੀ, ਵਢਾ ਕੇ ਹੁਣ ਲੇਬਰ ਮਹਿੰਗੀ ਪੈਂਦੀ ਹੈ ਜੀ। ਅੱਛਾ। ਹਾਂਜੀ, ਹੁਣ ਕਿਆ ਕਰਾਂ ਜੀ। ਅੱਛਾ, ਫਿਰ ਲੇਬਰ ਮਹਿੰਗੀ ਪੈਂਦੀ ਹੈ, ਸਰਕਾਰ ਕਹਿੰਦੀ ਹੈ ਕਿ ਮੁਆਵਜ਼ਾ ਦਿੱਤਾ ਜਾਵੇਗਾ, ਸਬਸਿਡੀ ਉੱਤੇ ਜਿਹੜੀ ਹੈਗੀ ਹੈ ਮਸ਼ੀਨਰੀ ਪ੍ਰੋਵਾਈਡ ਕੀਤੀ ਜਾਵੇਗੀ, ਤੁਹਾਡੇ ਤੱਕ ਮਸ਼ੀਨਰੀ ਕੋਈ ਪੁੱਜੀ, ਕੋਈ ਮੁਆਵਜ਼ਾ ਮਿਲਿਆ? ਨਹੀਂ ਜੀ, ਕੋਈ ਮੁਆਵਜ਼ਾ ਨਹੀਂ ਮਿਲਿਆ, ਕੋਈ ਮਸ਼ੀਨਰੀ ਨਹੀਂ ਮਿਲੀ ਹੈ ਜੀ। ਮੰਗ ਕੀਤੀ ਹੈ ਕਦੀ? ਮੰਗ ਤਾਂ ਬਥੇਰੀ ਕਰਦੇ ਹਾਂ ਜੀ, ਕਰਦੇ ਹੀ ਨਹੀਂ ਪੂਰੀ ਜੀ, ਹੁਣ ਕਿਆ ਮਤਲਬ ਕਿਹਦੇ ਕੋਲ ਰੱਖੀ ਆਪਣੀ ਮੰਗ?
ਮੰਗ ਤਾਂ ਹੁਣ ਜੀ ਅਸੀਂ ਆਪਣੇ ਉਸੀ ਵਾ ਕਰਦੇ ਹਾਂ ਜਿਹੜਾ ਆਪਣੇ ਹਲਕੇ ਕਾ ਐਮ ਐਲ ਏ ਆ ਜੀ ਉਸੀ ਨੂੰ ਕਰ ਸਕਦੇ ਹਾਂ ਜੀ। ਹਾਂਜੀ। ਅੱਛਾ, ਫਿਰ ਪਰਾਲੀ ਦੇ ਲਈ ਇੱਕ ਸਵਾਲ ਇਹ ਵੀ ਹੈਗਾ ਕਿ ਇਲਜ਼ਾਮ ਲੱਗ ਰਹੇ ਨੇ ਕਿ ਜਿਹੜੇ ਪੰਜਾਬ ਦੇ ਵਿੱਚ ਪਰਾਲੀ ਸਾੜੀ ਜਾਂਦੀ ਹੈ ਉਹਦਾ ਪ੍ਰਦੂਸ਼ਣ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਪਹੁੰਚ ਜਾਂਦਾ, ਦਿੱਲੀ ਦੇ ਵਿੱਚ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ, ਸਾਹ ਲੈਣਾ ਔਖਾ ਹੋਇਆ, ਇਹ ਇਲਜ਼ਾਮ ਲੱਗ ਰਹੇ ਨੇ, ਤਾਂ ਲੱਗਦਾ ਕਿ ਇਕੱਲੀ ਪਰਾਲੀ ਜਿਹੜੀ ਇਸ ਸਭ ਦੇ ਲਈ ਜ਼ਿੰਮੇਵਾਰ? ਪਰਾਲੀ ਹੋਰ ਜਿਹੜੇ ਹੋਰ ਚੱਲਦੇ ਤੂੰ ਹੈਗਾ ਭੱਠੇ ਚੱਲ ਰਹੇ ਜੀ ਉਹਨਾਂ ਪਰ ਤਾਂ ਕੋਈ ਕਾਰਵਾਈ ਹੁੰਦੀ ਨਹੀਂ ਹੈ। ਜ਼ਿਮੀਦਾਰ ਪਰ ਮਾਰ ਪੈ ਰਹੀ ਹੈ ਜੀ ਜਿਹੜੀ ਜਿੰਨੀ ਵੀ ਪੈ ਰਹੀ ਹੈ। ਹੋਰ ਦੇਖ ਲਓ ਕਿੰਨਾ ਧੂੰਆਂ ਪ੍ਰਦੂਸ਼ਣ ਹੈ। ਹੁਣ 15 ਦਿਨ ਦਾ ਕੰਮ ਹੈ ਜੀ ਸਾਰਾ ਹੀ ਪਰਾਲੀ ਦਾ ਜੀ। 15 ਦਿਨ ਮਾ ਬਸ ਜ਼ਿਮੀਦਾਰ ਕੀ ਫਸਲ ਵੱਢ ਹੋ ਜਾਣੀ ਹੈ, ਉਸ ਪਿੱਛੇ ਜ਼ਿਮੀਦਾਰ ਕੇ ਪਿੱਛੇ ਹੀ ਪਏ ਪਏ ਹੈ ਸਾਰੇ ਜੀ। ਵੀ ਜ਼ਿਮੀਦਾਰ ਨੂੰ ਤਾਂ ਕੋਈ ਸਹੂਲਤ ਦਈ ਵੀ ਹੋਣੀ ਇਹਨਾਂ ਨੇ ਜੀ ਸਰਕਾਰ ਨੇ, ਕਹਿ ਦਿੰਦੀ ਹੈ ਕਰਦੀ ਪੂਰਾ ਹੈ ਨਹੀਂ ਜੀ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਲਗਾਤਾਰ ਹਰ ਪੱਧਰ ਦੇ ਉੱਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਪਰਾਲੀ ਨੂੰ ਲੈ ਕੇ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਨੇ, ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਮੁਆਵਜ਼ਾ ਦਿੱਤਾ ਜਾਵੇਗਾ, ਸਬਸਿਡੀ ਦੇ ਉੱਤੇ ਮਸ਼ੀਨਰੀ ਦਿੱਤੀ ਜਾਵੇਗੀ, ਪਰ ਸਵਾਲ ਲੋਕਾਂ ਨੇ ਚੁੱਕੇ ਨੇ ਕਿ ਨਾ ਤਾਂ ਮੁਆਵਜ਼ਾ ਮਿਲ ਰਿਹਾ ਹੈ ਨਾ ਸਬਸਿਡੀ ਦੇ ਉੱਤੇ ਮਸ਼ੀਨਰੀ ਮਿਲ ਰਹੀ ਹੈ। ਲੋਕਾਂ ਦਾ ਇਹ ਵੀ ਇਲਜ਼ਾਮ ਹੈਗਾ ਕਿ ਜਿਸ ਤਰੀਕੇ ਦੇ ਨਾਲ ਦਾਅਵੇ ਕੀਤੇ ਜਾਂਦੇ ਨੇ ਕਿ ਪਰਾਲੀ ਹੀ ਇੱਕ ਜਿਹੜੀ ਮੁੱਖ ਵਜ੍ਹਾ ਹੈ ਜਿਸ ਦੀ ਵਜ੍ਹਾ ਦੇ ਨਾਲ ਦਿੱਲੀ ਦੇ ਵਿੱਚ ਜਾਂ ਫਿਰ ਹੋਰ ਸੂਬੇ ਦੇ ਵਿੱਚ ਪ੍ਰਦੂਸ਼ਣ ਹੁੰਦਾ, ਲੋਕਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਸ ਤੋਂ ਇਲਾਵਾ ਵੀ ਵੱਡੇ ਕਾਰਨ ਨੇ ਜਿਸ ਦੀ ਵਜ੍ਹਾ ਦੇ ਨਾਲ ਪੋਲਿਊਸ਼ਨ ਵੱਧ ਰਿਹਾ। ਸੋ ਪਰਾਲੀ ਸਾੜਨ ਨੂੰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕੋਈ ਜਿਹੜੇ ਲੋਕਾਂ ਦੀ ਬਾਂਹ ਫੜੇਗੀ, ਕਿਸਾਨਾਂ ਦੀ ਬਾਂਹ ਫੜੇਗੀ, ਤਾਂ ਹੀ ਇਸ ਮੁੱਦੇ ਦੇ ਨਾਲ ਨਿਪਟਿਆ ਜਾ ਸਕਦਾ, ਨਹੀਂ ਤਾਂ ਇੱਕ ਵੱਡੀ ਸਮੱਸਿਆ ਆਉਣ ਵਾਲੇ ਦਿਨਾਂ ਦੇ ਵਿੱਚ ਪਰਾਲੀ ਵੀ ਦੇਖਣ ਨੂੰ ਮਿਲ ਸਕਦੀ ਹੈ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਮਜੋਜੀ ਆ ਗਿਆ, ਧੰਨਵਾਦ।